ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ 6ਪਿਕ ਕਮਿਸ਼ਨ ਨਾਲ ਜੁੜੀ ਹੋਈ ਨਵੀਂ ਅਪਡੇਟ ਨਾਲ ਆਪ ਸਭ ਦੇ ਸੰਮੁਖ ਹੋ ਰਹੀਆਂ ਕੱਲ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨੋਟੀਫਿਕੇਸ਼ਨ ਬਾਰੇ ਕੁਝ ਚਰਚਾ ਕੀਤੀ ਸੀ ਬਟ ਅੱਜ ਮੈਂ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਅਕੋਰਡਿੰਗ ਤੁਹਾਨੂੰ ਸਾਰਾ ਸਮਝਾਉਂਗੀ ਕਿ ਇਸੇ ਨੋਟੀਫਿਕੇਸ਼ਨ ਦੇ ਵਿੱਚ ਮੁਲਾਜ਼ਮਾਂ ਦੇ ਨਾਲ ਸੰਬੰਧਿਤ ਕੀ ਫੈਸਲਾ ਲਿਆ ਗਿਆ ਜਾਂ ਕੀ ਆਪਸ਼ਨਸ ਫਿਲ ਕਰਨ ਲਈ ਕਿਹਾ ਗਿਆ ਸੋ ਇਸੇ ਨੋਟੀਫਿਕੇਸ਼ਨ ਨੂੰ ਪੜ੍ਹਨ ਤੋਂ ਪਹਿਲਾਂ ਸਾਰਿਆਂ ਨੂੰ ਅਸੀਂ ਰਿਕਵੈਸਟ ਕਰਦੇ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜਾ ਤੁਹਾਨੂੰ ਰੈੱਡ ਬਟਨ ਦਿਖਾਈ ਦੇ ਰਿਹਾ ਉਹਨੂੰ ਕਲਿੱਕ ਕਰ ਲਓ ਤਾਂ ਜੋ ਸਾਰੀਆਂ ਖਬਰਾਂ ਅਸੀਂ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਾ ਸਕੀਏ ਤੇ ਇੱਕ ਸਾਨੂੰ ਵੀ ਸਪੋਰਟ ਹੁੰਦੀ ਹੈ ਜਦੋਂ ਤੁਸੀਂ ਸਾਨੂੰ ਮੋਟੀਵੇਟ ਕਰਦੇ ਹੋ ਸੋ ਸ਼ੁਰੂ ਕਰਦੇ ਹਾਂ ਜੀ ਇਹ ਜਿਹੜਾ ਪੱਤਰ ਹੈ ਪੰਜਾਬ ਸਰਕਾਰ ਮਾਲ ਤੇ ਪੁਨਰਵਾਸ ਵਿਭਾਗ ਵਿੱਤੀ ਕਮਿਸ਼ਨਰ ਸਕੱਤਰੇ ਪ੍ਰਸ਼ਾਸਨ ਇੱਕ ਸ਼ਾਖਾ ਇਹਦਾ ਵਿਸ਼ਾ ਹੈ ਵਿੱਤ ਵਿਭਾਗ ਵੱਲੋਂ ਮਿਤੀ 5/7/2021 ਅਤੇ 29/21 ਨੂੰ ਜਾਰੀ ਨੋਟੀਫਿਕੇਸ਼ਨ ਦੇ ਸੰਮੁਖ ਮਿਤੀ 1/1/2016 ਤੋਂ ਸੋਧੇ ਤਨਖਾਹ ਰੂਲ 2021 ਅਨੁਸਾਰ ਕਰਮਚਾਰੀਆਂ ਅਧਿਕਾਰੀਆਂ ਤੋਂ ਆਪਸ਼ਨ ਲੈਣ ਸੰਬੰਧੀ ਇਹ ਜਿਹੜਾ ਅਨ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਇਹਦਾ ਵਿਸ਼ਾ ਹੈ ਇਹ ਉਸ ਤੋਂ ਬਾਅਦ ਆਪਾਂ ਕੰਟੀਨਿਊ ਕਰਦੇ ਹਾਂ ਵਿਤੀ ਕਮਿਸ਼ਨਰਜ਼ ਸਕੱਤਰੇਤ ਦੇ ਸਮੂਹ ਸੰਯੁਕਤ ਸਕੱਤਰ ਉਪ ਸਕੱਤਰ ਅਧੀਨ ਸਕੱਤਰ ਨਿਜੀ ਸਕੱਤਰ ਸੁਪਰਡੈਂਟ ਗ੍ਰੇਡ 1 ਸੁਪਰਡੈਂਟ ਗ੍ਰੇਡ 1 ਜੁਡੀਸ਼ੀਅਲ ਨਿਜੀ ਸਹਾਇਕ ਸੀਨੀਅਰ ਸਹਾਇਕ ਸੀਨੀਅਰ ਸਕੇਲ ਸਟੈਨੋਗ੍ਰਾਫਰ ਸੀਨੀਅਰ ਐਡੀਟਰ ਅਗਸਟਿਅਰ ਐਡੀਟਰ ਅਗਸਟਿਅਰ ਕੰਪਾਈਲਰ ਸੀਨੀਅਰ ਮਾਲ ਲੇਖਾਕਾਰ ਕਿਰਪਾ ਕਰਕੇ ਉਪਰੋਕਤ ਵਿਸ਼ੇ ਵੱਲ ਧਿਆਨ ਦੇਣ ਦੀ ਖੇਚਲ ਕਰਨ ਵਿੱਤ ਵਿਭਾਗ ਵੱਲੋਂ ਪੰਜਾਬ ਸਿਵਾਵਾਾਂ ਸਿਵਲ ਪੰਜਾਬ ਸਿਵਲ ਸੇਵਾਵਾਂ ਸੋਧੇ ਤਨਖਾਹ ਨਿਯਮ 2021 ਰਾਹੀਂ ਮਿਤੀ 5/7/2021 ਅਤੇ ਮਿਤੀ 29/2021 ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਇਸ ਲਈ ਉਕਤ ਨੋਟੀਫਿਕੇਸ਼ਨ ਦੇ ਰੂਲ 6 ਅਨਸਾਰ ਸੋਧੇ ਤਨਖਾਹ ਸਕੇਲ ਆਪਤ ਕਰਨ ਲਈ ਨੱਥੀ ਪਰਫਾਰਮੇ ਵਿੱਚ ਆਪਣੀ ਆਪਸ਼ਨ 2.25 ਜਾਂ 2.5 ਅਤੇ ਮਿਤੀ 2921 ਨੂੰ ਜਾਰੀ ਕੀਤੀ ਨੋਟੀਫਿਕੇਸ਼ਨ ਅਨੁਸਾਰ 15% ਦਾ ਵਾਧਾ ਲੈਣ ਜਾਂ ਨਾ ਲੈਣ ਸੰਬੰਧੀ ਆਪਸ਼ਨ ਵੀ ਸਪਸ਼ਟ ਕਰਦੇ ਹੋਏ ਪ੍ਰਸ਼ਾਸਨ ਇੱਕ ਸ਼ਾਖਾ ਨੂੰ 15 ਦਿਨਾਂ ਦੇ ਅੰਦਰ ਅੰਦਰ ਹਾਰਡ ਕਾਪੀ ਦੋ ਪੜਤਾਂ ਭੇਜਣ ਦੀ ਖੇਚਲ ਕੀਤੀ ਜਾਵੇ ਤਾਂ ਜੋ ਤਨਖਾਹ ਨਿਸ਼ਚਿਤ ਕਰਨ ਦੀ ਕਾਰਵਾਈ ਸਮੇਂ ਸਿਰ ਸ਼ੁਰੂ ਕੀਤੀ ਜਾ ਸਕੇ ਰੂਲਾਂ ਅਨੁਸਾਰ ਆਪਸ਼ਨ ਇੱਕ ਵਾਰ ਹੀ ਭਰੀ ਜਾਣੀ ਹੈ ਇੱਕ ਵਾਰ ਚੁਣੀ ਗਈ ਆਪਸ਼ਨ ਮੋੜ ਬਦਲੀ ਨਹੀਂ ਜਾ ਸਕਦੀ ਸਰਕਾਰ ਦੀ ਨੋਟੀਫਿਕੇਸ਼ਨ ਮਿਤੀ 29 21 ਅਨੁਸਾਰ 15% ਦਾ ਵਾਅਦਾ ਲੈਣ ਵਾਲੇ ਕਰਮਚਾਰੀ ਅਧਿਕਾਰੀਆਂ ਨੂੰ ਮਿਤੀ 11 2016 ਤੋਂ ਏਰੀਅਰ ਦਾ ਲਾਭ ਮਿਲਣ ਯੋਗ ਨਹੀਂ ਹੈ ਸਰਕਾਰ ਵੱਲੋਂ ਮਿਤੀ 4 11 2021 ਤੱਕ ਆਪਸ਼ਨ ਦੇਣ ਦੀ ਲਾਸਟ ਮਿਤੀ ਨਿਸ਼ਚਿਤ ਕੀਤੀ ਗਈ ਹੈ ਮਿਥੇ ਸਮੇਂ ਤੋਂ ਬਾਅਦ ਪ੍ਰਾਪਤ ਹੋਈ ਆਪਸ਼ਨਸ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਸੋਦੇ ਤਨਖਾਹ ਰੂਲ 2021 ਅਨੁਸਾਰ ਤਨਖਾਹ ਫਿਕਸ ਕਰ ਦਿੱਤੀ ਜਾਵੇਗੀ ਜੋ ਕਰਮਚਾਰੀ ਮਿਤੀ 1.1.2016 ਤੋਂ ਬਾਅਦ ਬਦਲੀ ਦੀ ਵਿਧੀ ਰਾਹੀਂ ਇਸ ਦਫ਼ਤਰ ਵਿਖੇ ਨਿਯੁਕਤ ਹੋਏ ਹਨ ਉਹਨਾਂ ਦੀ ਤਨਖਾਹ ਉਹਨਾਂ ਦੇ ਪਿਤਰੀ ਵਿਭਾਗ ਵੱਲੋਂ ਹੀ ਨਿਸ਼ਚਿਤ ਕੀਤੀ ਜਾਣੀ ਹੈ ਇਸ ਲਈ ਇਹਨਾਂ ਕਰਮਚਾਰੀਆਂ ਵੱਲੋਂ ਪ੍ਰਾਪਤ ਹੋਈਆਂ ਆਪਸ਼ਨ ਸਮੇਤ ਸੇਵਾ ਪੱਤਰੀਆਂ ਉਹਨਾਂ ਦੀ ਨਿਸ਼ਚਿਤ ਤਨਖਾਹ ਕਰਨ ਲਈ ਉਹਨਾਂ ਦੇ ਪਿਤਰੀ ਵਿਭਾਗ ਨੂੰ ਭੇਜੀਆਂ ਜਾਣੀਆਂ ਹਨ ਉਹ ਬਿਨਾਂ ਕਿਸੇ ਦੇਰੀ ਦੇ ਆਪਸ਼ਨ ਦੇਣ ਦੀ ਖੇਚਲ ਕਰਨ ਤਾਂ ਜੋ ਅਗਲੀ ਕਾਰਵਾਈ ਆਰੰਭ ਕੀਤੀ ਜਾ ਸਕੇ ਸੋ ਇਹ ਜਿਹੜਾ ਆਪਾਂ ਨੋਟੀਫਿਕੇਸ਼ਨ ਪੜਿਆ ਹੁਣੇ-ਹੁਣੇ ਇਹ ਵਿੱਤ ਭਾਗ ਵੱਲੋਂ ਜਾਰੀ ਹੋਇਆ ਤੇ ਇਹਦੇ ਵਿੱਚ ਮੈਂ ਤੁਹਾਨੂੰ ਫਰਸਟ ਹੀ ਕਲੀਅਰ ਕਰਤਾ ਵੀ ਜਿਹੜਾ ਇਹ ਨੋਟੀਫਿਕੇਸ਼ਨ ਹੈ ਇਹ 112016 ਤੋਂ ਸੋਦੇ ਤਨਖਾਹ ਰੂਲ 2021 ਅਨੁਸਾਰ ਕਰਮਚਾਰੀਆਂ ਤੇ ਅਧਿਕਾਰੀਆਂ ਤੋਂ ਆਪਸ਼ਨ ਲੈਣ ਸੰਬੰਧੀ ਹੈ ਵੀ ਉਹਨਾਂ ਨੇ 15% ਦਾ ਜਿਹੜਾ ਵਾਅਦਾ ਲੈਣਾ ਚਾ ਨਹੀਂ ਲੈਣਾ ਇੱਕ ਤੁਹਾਨੂੰ ਮੈਂ ਕੱਲ ਜਿਹੜੀ ਸ਼ਾਮ ਨੂੰ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਮੈਂ ਉਹਦਾ ਪਰਫਾਰਮਾ ਵੀ ਤੁਹਾਨੂੰ ਦਿਖਾਇਆ ਸੀ ਉਸ ਤਰੀਕੇ ਦੀ ਇੱਕ ਹਾਰਡ ਕਾਪੀ ਹੈ ਉਹਦੇ ਉੱਤੇ ਇਹ ਪਰਫਾਰਮਾ ਭਰ ਕੇ ਭੇਜਿਆ ਜਾਊਗਾ ਤੇ ਇੱਕ ਹੀ ਆਪਸ਼ਨ ਫਿਲ ਕਰਨਾ ਹੈ ਜਾਂ 2.25 ਵਾਲਾ ਜਾਂ 2.59 ਵਾਲਾ ਸੋ ਇਹਦੇ ਅਕੋਰਡਿੰਗ ਹੀ ਜਿਹੜੀ ਤਨਖਾਹ ਨਿਸ਼ਚਿਤ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਸਾਡੇ ਕੋਲ ਕੋਈ ਵੀ ਆਫੀਸ਼ੀਅਲ ਨੋਟੀਫਿਕੇਸ਼ਨ ਆਉਂਦਾ ਜਾਂ 6ਪੇ ਕਮਿਸ਼ਨ ਦੇ ਰਿਲੇਟਡ ਕੋਈ ਵੀ ਨਿਊਜ਼ ਆਉਂਦੀ ਹੈ ਅਸੀਂ ਤੁਹਾਨੂੰ ਨਾਲ ਦੀ ਨਾਲ ਸ਼ੇਅਰ ਕਰਾਂਗੇ ਸੋ ਇਹ ਤਾਂ ਹੀ ਪੋਸੀਬਲ ਹੋ ਸਕਦਾ ਜੇ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋਗੇ ਇਸ ਨੂੰ ਸ਼ੇਅਰ ਕਰੋਗੇ ਤੇ ਲਾਸਟ ਜੀ ਅਸੀਂ ਫੇਰ ਰਿਕਵੈਸਟ ਕਰਦੀਆਂ ਜਿਨ੍ਹਾਂ ਨੇ ਸਾਡੇ ਚੈਨਲ ਤੇ ਵਿਜ਼ਿਟ ਕੀਤਾ ਹੈ ਪਹਿਲੀ ਵਾਰ ਜਾਂ ਜਿਨ੍ਹਾਂ ਨੇ ਹਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਰੈੱਡ ਬਟਨ ਨੂੰ ਨੱਪ ਕੇ ਇਸ ਨੂੰ ਕਲਿੱਕ ਕਰ ਦਿਓ ਤਾਂ ਜੋ ਸਾਰੀਆਂ ਖਬਰਾਂ ਤੁਹਾਡੇ ਤੱਕ ਅਸੀਂ ਟਾਈਮ ਦੇ ਨਾਲ ਪਹੁੰਚਾ ਸਕੀਏ ਸੋ ਅਸੀਂ ਤੁਹਾਡਾ ਸਾਰਿਆਂ ਦਾ ਤੈਂਦਿਲੋਂ ਧੰਨਵਾਦ ਕਰਦੀਆਂ ਧੰਨਵਾਦ